पटियाला साड़ी शान है, पंजाब की। पटियाला एक शाही शहर है, इथों के लोग, इथों की विरासत कमाल है। तो हर चीज इथों की जी असं सुधारा, हर जिहड़ा भी किला उन्हों रेनोवेट करा। कि साड़ी हर एक की इच्छा यही है कि MSP मिले पूरे देश का ढिड भरन लई। असी अपनी धरती का पानी थले नू लैके गए हैं, ते साड़ी आने वाली पीढ़ियां की इस बंजर धरती ते रहणगियां। साडा मुद्दा MSP तो पैसे कमाउणा नहीं आ, साडा मुद्दा आपदी धरती बचाउणा है, चाहे पूरा देश छड के कल्ले पंजाब च MSP दित्ती जाए। क्योंकि MSP है जिहड़ी किसानां नू मिलूगी, तां धरती दा वाटर लैवल आ जिहड़ा थले जाण तों बचूगा। डॉक्टर बलवीर जी खड़े, इन्हां ने शानदार काम है जिहड़ा उह सिहत दे खेतर च कीता। बहुत सारे पिंडां दे विच जिहड़े महल्ला क्लीनिक बनाए ने, होर बहुत सारे पिंडां च बना रहे हां। पहला बिजली की गरंटी वह पूरी हुई है, 100% जी महिलाओं वाली गरंटी है वह भी जी पूरी होनी ही होनी। ਸਰਦੀ ਦਾ ਟਾਈਮ ਤੁਸੀਂ ਕੰਮ ਦੇਖ ਸਕਦੇ ਹੋ। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਜੀ ਤੇ ਨਾਲ ਉਹਨਾਂ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਤੇ MLA ਸਾਹਿਬਾਨ ਗੁਰਦੇਵ ਸਿੰਘ ਦੇਵ ਮਾਨ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਕਿਲਾ ਮੁਖਾਰੀ ਪਹੁੰਚੇ ਨੇ। ਸਾਨੂੰ ਸਿੱਧੀਆਂ ਤਸਵੀਰਾਂ ਸੀ ਚੜ੍ਹਦੀ ਕਲਾ ਟਾਈਮ ਤੋਂ ਵੀ ਦੇ ਮਾਧਿਅਮ ਰਾਹੀਂ ਦਿਖਾ ਰਿਹਾ। ਸੋ ਅੱਜ ਵਿਸ਼ੇਸ਼ ਤੌਰ ਤੇ ਦਿਖਾ ਦਿੱਤਾ ਜਾਵੇਗਾ ਕਿਲੇ ਦੀ ਜਿਹੜੀ ਹੈ ਕਾਇਆ ਕਲਪ ਆ ਉਹ ਚੇਂਜ ਕੀਤੀ ਜਾਵੇਗੀ। ਸੋ ਤਸਵੀਰ ਸੋ ਨਾਭਾ ਦੇ ਵਿਧਾਇਕ ਦੀ ਗੱਲ ਕੀਤੀ ਹੈ, ਗੁਰਦੇਵ ਸਿੰਘ ਦੇਵ ਮਾਨ ਜਿਹਨਾਂ ਦੇ ਨਾਲ ਮੌਜੂਦ ਨੇ। ਸੋ ਤਸਵੀਰਾਂ ਅਸੀਂ ਤੁਹਾਨੂੰ ਚੜ੍ਹਦੀ ਕਲਾ MTV ਦੇ ਮਾਧਿਅਮ ਦੇ ਰਾਹੀਂ ਦਿਖਾ ਰਿਹਾ। ਇਨੋਗ੍ਰੇਸ਼ਨ ਜਿਹੜੀ ਹੈਗੀ ਸਰਦ ਖਾਨਾ ਜਿਹਨੂੰ ਕਿਹਾ ਜਾਂਦਾ ਸੀਗਾ ਪੁਰਾਣਾ, ਇਸਦਾ ਜਿਹੜਾ ਹੈਗਾ ਨੀਂਹ ਪੱਥਰ ਰੱਖ ਰਹੇ ਨੇ ਕੈਬਨਿਟ ਮੰਤਰੀ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਵਿਭਾਗ ਪੰਜਾਬ। ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਕਿ ਸੋ ਬਿਲਕੁਲ ਮੈਡਮ ਜੀ ਕਰਨੀ ਯਾਰ ਬਣਾ ਲਓ ਕਰ ਲਓ ਬਈ ਕਰ ਤੇਰੇ ਤਸਵੀਰਾਂ ਦੇਖ ਸਕਦੇ ਇਸ ਟਾਈਮ ਇਹਨਾਂ ਨਾਲ ਡਾਕਟਰ ਰੋਗੀ ਸਿੰਘ ਵੀ ਨਾਲ ਮੈਡਮ ਜੀ ਉਦਘਾਟਨ ਕੀਤਾ ਹੈ, ਕਿੰਨੇ ਕਰੋੜ ਦੀ ਲਾਗਤ ਨਾਲ ਉਦਘਾਟਨ ਹੋ ਰਿਹਾ ਤੇ ਅੱਗੇ ਕੀ ਪ੍ਰੋਜੈਕਟ ਹੈ? ਜੀ ਸੋ ਅੱਜ ਪਹਿਲਾਂ ਮੈਂ ਪਟਿਆਲਾ ਵਾਸੀਆਂ ਨੂੰ ਮੁਬਾਰਕਾਂ ਦਿੰਦੀ ਹਾਂ ਕਿ ਕਿਲ੍ਹਾ ਮੁਬਾਰਕ ਜਿੱਥੇ ਬਹੁਤ ਸਾਰੀਆਂ ਇਮਾਰਤਾਂ ਖੰਡਰ ਹੁੰਦੀਆਂ ਜਾ ਰਹੀਆਂ ਸੀ ਉੱਥੇ ਜਿੱਥੇ ਅਸੀਂ 8 ਕਰੋੜ ਦੀ 8 ਕਰੋੜ ਤੋਂ ਉੱਪਰ ਦੀ ਲਾਗਤ ਦੇ ਨਾਲ ਫਸਾੜ ਲਾਏ ਗਏ, ਜਿਹਦੇ ਚ ਅਸੀਂ ਆਧੁਨਿਕ ਪ੍ਰੋਜੈਕਟਰਸ ਲਾਏ ਗਏ ਨੇ, ਜਿਹਦੇ ਨਾਲ ਇਹਦੀ ਪੂਰਤੀ ਆ ਉਹ ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਰਸ ਨਾਲ ਨਿਕਲ ਕੇ ਆਉਣੀ ਹੈ, ਜਿਹੜੀ ਸੈਲਾਨੀਆਂ ਨੂੰ ਬੜੀ ਆਕਰਸ਼ਕ ਲੱਗਣੀ ਹੈ। ਸੋ ਉਹ ਅਸੀਂ ਜਿਹੜਾ ਕਾਰਜ ਸੰਪੰਨ ਕਰ ਦਿੱਤਾ ਹੈ 8 ਕਰੋੜ ਤੋਂ ਉੱਪਰ ਦੀ ਲਾਗਤ ਨਾਲ। ਤੇ ਸਰਦਖਾਨਾ ਜਿਹੜਾ ਇਮਾਰਤ ਹੈ ਕਿਲ੍ਹਾ ਮੁਬਾਰਕ ਚ, ਇੱਥੇ ਅਸੀਂ 8 ਕਰੋੜ ਦੀ ਲਾਗਤ ਨਾਲ ਇਹਦਾ ਨੀਂਹ ਪੱਥਰ ਰੱਖਿਆ ਹੈ, ਜਿੱਥੇ ਇਹਦੀ ਮੁਰੰਮਤ ਰੈਜ਼ਰਵੇਸ਼ਨ ਇਹਦੀ ਹਰ ਚੀਜ਼ ਨੂੰ ਜਿਹੜਾ ਪੁਰਾਣੇ ਤਰੀਕੇ ਨਾਲ ਪੁਰਾਣੇ ਟੈਕਨੀਕਸ ਦੇ ਨਾਲ ਇਹਦੀ ਸਾਂਭ ਸੰਭਾਲ ਜਿਹੜੀ ਕੀਤੀ ਜਾਊਗੀ, ਤੇ ਪੂਰਾ ਅਸੀਂ ਇਸ ਕਿਲ੍ਹੇ ਦੀ ਜਿਹੜੀ ਸਾਂਭ ਸੰਭਾਲ ਤੇ ਦੇਖ ਰੇਖ ਉੱਤੇ ਲਗਾਤਾਰ ਲੱਗੇ ਹੋਏ ਹਾਂ, ਤਾਂ ਕਿ ਸੈਲਾਨੀਆਂ ਨੂੰ ਆਉਣ ਵਾਲੇ ਟੂਰਿਸਟ ਨੂੰ ਇਹ ਜਿਹੜਾ ਸਮਰਪਿਤ ਕੀਤਾ ਜਾ ਸਕੇ, ਤੇ ਪੰਜਾਬ ਦੀ ਸ਼ਾਹੀ ਸ਼ਹਿਰ ਪਟਿਆਲੇ ਦੀ ਜਿਹੜੀ ਅਮੀਰ ਵਿਰਾਸਤ ਹੈ ਉਹਦੀ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾ ਸਕੇ। ਮੈਡਮ ਜੀ ਤਾਂ ਗੱਲ ਕੀਤੀ ਆ, ਤੁਸੀਂ ਅੱਜ ਕਿਲੇ ਦੇ ਵਿੱਚ ਆਏ ਹੋ, ਨਾਭੇ ਦੀ ਗੱਲ ਕੀਤੀ ਹੈ, ਵਿਧਾਇਕ ਸਾਹਿਬ ਤੁਹਾਡੇ ਨਾਲ ਖੜੇ ਨੇ, ਉੱਥੇ ਵੀ ਵਿਰਾਸਤੀ ਕਿਲਾ ਹੈਗਾ, ਉਹਦੀ ਵੀ ਜਿਹੜੀ ਦੇਖ ਹੈ ਬਹੁਤ ਖਰਾਬ ਹੈ, ਉਤਲਾ ਪੰਜਾਬ ਵਿੱਚ ਹੋਰ ਇਦਾਂ ਦੇ ਬਹੁਤ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ, ਉਸ ਨੂੰ ਲੈ ਕੇ ਕੀ ਜਿਹੜਾ ਤੁਸੀਂ ਕਰ ਰਹੇ ਹੋ? ਦੇਖੋ ਜਿਹੜਾ ਪੰਜਾਬ ਦੇ ਹੈਰੀਟੇਜ ਨੂੰ ਸੰਭਾਲਣ ਦਾ ਜਿਹੜਾ ਮੁੱਖ ਮੁੱਦਾ ਪਰਸਨਲ ਜਿਹੜੀਆਂ ਇਮਾਰਤਾਂ ਪੰਜਾਬ ਦੀ ਵਿਰਾਸਤ ਖੰਡਰ ਹੋ ਗਈ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਦੇ ਨਾਲ, ਇੱਕ ਇੱਕ ਇਮਾਰਤ ਨੂੰ ਸੰਭਾਲ ਕੇ ਕਿਸੇ ਵੀ ਜਿਹੜਾ ਸੂਬੇ ਦਾ ਜਿਹੜਾ ਉਹਦਾ ਹੈਰੀਟੇਜ ਹੁੰਦਾ, ਉਹਦੀ ਪੁਰਾਣੀ ਰਾਜਿਆਂ ਦੇ ਕਿਲੇ ਨੇ, ਚਾਹੇ ਸਾਡੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਇਮਾਰਤਾਂ ਨੇ, ਤੇ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਕਰਨਾ ਤੇ ਉਹਨੂੰ ਲੋਕਾਂ ਲਈ ਉਹ ਬੜੀ ਵੱਡੀ ਚੀਜ਼ ਹੁੰਦੀ ਹੈ। ਹਰ ਕੋਈ ਵੀ ਨਵਾਂ ਟੂਰਿਜ਼ਮ ਤਾਂ ਅਸੀਂ ਬਣਾ ਸਕਦੇ ਹਾਂ, ਪਰ ਹੈਰੀਟੇਜ ਇੱਕ ਧਰੋਹਰ ਹੁੰਦੀ ਹੈ ਤੁਹਾਡੀ, ਤੇ ਉਸ ਉੱਤੇ ਜਿਹੜੇ ਟੂਰਿਜ਼ਮ ਵਿਭਾਗ ਹੈ ਸਾਡਾ ਉਹ ਲਗਾਤਾਰ ਯਤਨਸ਼ੀਲ ਹੈ, ਉਹਦੇ ਤੇ ਕੰਮ ਕਰ ਰਹੇ ਹਾਂ। ਜਿਸ ਤਰੀਕੇ ਰਾਜਸਥਾਨ ਨੇ, ਜੈਪੁਰ ਨੇ ਬੜੇ ਵਧੀਆ ਤਰੀਕੇ ਨਾਲ ਆਪਣੇ ਕਿਲ੍ਹਿਆਂ ਦੇ ਵਿੱਚ ਸੰਗੀਤ ਨੂੰ ਲੈ ਕੇ, ਚਾਹੇ ਉਹ ਬਹੁਤ ਸਾਰੀਆਂ ਚੀਜ਼ਾਂ ਉੱਥੇ ਛੋਟੇ ਛੋਟੇ ਬੂਥ ਲਗਾ ਕੇ ਵੀ ਲੋਕਾਂ ਨੂੰ ਆਕਰਸ਼ਿਤ ਕੀਤਾ, ਉਸੇ ਤਰੀਕੇ ਜਿਹੜੇ ਅਸੀਂ ਆਪਣੇ ਕਿਲ੍ਹੇ ਨੇ ਇੱਥੇ ਬੜੇ ਵਧੀਆ ਢੰਗ ਨੇ ਇਹਨਾਂ ਨੂੰ ਮੁੜ ਸੁਰਜੀਤ ਕਰਾਂਗੇ, ਤਾਂ ਕਿ ਟੂਰਿਸਟ ਨੂੰ ਆਉਣ ਦੇ ਵਿੱਚ ਦਿਲਚਸਪੀ ਪੈਦਾ ਹੋਵੇ। ਤੁਹਾਨੂੰ ਲੱਗਦਾ ਮੈਡਮ ਜਿਸ ਤਰ੍ਹਾਂ ਟੂਰਿਜ਼ਮ ਦੀ ਗੱਲ ਕੀਤੀ ਤੁਸੀਂ, ਕਿਲੇ ਦੀ ਗੱਲ ਕੀਤੀ ਆ, ਵੀ ਸਰਕਾਰ ਨੂੰ ਜਿਹੜਾ ਰੈਵਨਿਊ ਹੋਊਗਾ ਉਹ ਪੂਰੇ ਸ਼ੂਟਿੰਗਾਂ ਹੋਣਗੀਆਂ? ਕਿਉਂਕਿ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਇਸ ਕਿਲੇ ਦੇ ਵਿੱਚ ਸ਼ੂਟਿੰਗਾਂ ਬਹੁਤ ਹੁੰਦੀਆਂ ਸੀ, ਪਰ ਇਹਦਾ ਹੁਣ ਪ੍ਰੋਸੈਸ ਬਹੁਤ ਹੁੰਦਾ ਹੈ,
शूटिंग कराने के लिए बहुत परमिशन लेनी पैंदियां ने कि तुहानूं एक एक दिन का दो दो लख रुपये जिहड़ा हुंदी है कि तुहानूं लगता है कि कोई इदां दा प्रोसैस होवे कि जिहड़ा फिल्मां बनन तां जो सरकार नूं वी रेवन्यू आवे कोई नहीं इह देखो सरकार नूं रेवन्यू तां इक पासे रहि जांदा सब तों वड्डी गल हुंदी है वी जदों साडी कोई फिल्म बनदी है इहो जिहे किले च तां उह साडी जगह प्रमोट हुंदी है दुनिया नूं दिखदी है दुनिया नूं दिखण आउंदी है रेवन्यू वाला सोर्स तां बहुत छोटा रहि जांदा जिहड़े लोक इत्थे टूरिज़म वधना है चहल पहल होनी है साडे किले एक्टिवेट होणगे समर्पित कर रहे लोग आ जा सकते हैं बहुत सारे किलिया च लोगों नूं जान ही दिता जांदा सी जिहड़ा कि गलत है ये लोगों लई ही यह थावां जिहड़ियां असीं खोलणियां ने रही गल शूटिंग दी जां किसे ने कोई इत्थे आ के इंटरव्यू भी करनी है जां अंदर आ के मीडिया ने आउणा है देखो इस चीज उत्ते लोकां दी राय होनी लोकां दा साथ होना ते इक प्रॉपर इहदी जांच पड़ताल करके इहदे ते इक फैसला लिया जा सकदा है लोकां दे नाल मिलके मैंने पार्टी ने जो टिकटां दित्तियां ने की समझो की खास तौर ते उहनां नूं की कहना चाहुंदे की मैसेज देना चाहुंदे जिन्हां नूं टिकटां ते साडे नाल वी विशेष तौर ते डॉक्टर साहब खड़े ने देखो असीं सारे पार्टी दे वफादार सिपाही हां जी पार्टी ने साडी जिथे भी ड्यूटी लाई है जदों भी लाई है ते मैं डॉक्टर साहब दी बहुत सत्कार करदी हां ते बहुत कुछ हमेशा इहनां तों सिखण नूं मिलदा जवाब मिल जाना मुद्दा कला ए नहीं है सानू पंजाब नू एमएसपी चाहिए मुद्दा ए है कि साडी धरती हरी क्रांति वेले बंजर होण दे नीचे चल गई पानी साडा पंजाब दा थले गया पूरे देश दा ढिड भरन लई असी अपनी धरती दा पानी थले नू लैके गए हां ते ए पानी थले ही जाना है ते कदों तक असी किन्ना डूंगा मोटर लावांगे किन्ना डूंगा असी थले लैके जावांगे ते साडी आउण वालियां पीढ़ियां की इस बंजर धरती ते रहणगीआं साडा मुद्दा बंजर धरती नू बचाउणा है ओह तां ही होणा जदों सानू झोने ते कणक दे चक्कर चो कढ के बाकी फसलां उत्ते एमएसपी दित्ती जाणी है साडा मुद्दा एमएसपी तों पैसे कमाउणा नहीं है साडा मुद्दा आपदी धरती बचाउणा है चाहे पूरा देश छड के कल्ले पंजाब च एमएसपी दित्ती जाए क्योंकि असी अपनी धरती का पानी थले लैके गए हाँ असी इथों तक तो पंजाब नूं जिहड़ी कंपनसेशन है सेंटर सरकार नूं देनी चाहीदी है भी साडी धरती पानी थले जा रहा लगातार बंजर हो रही है बाकी फसलों उत्ते एमएसपी दोगे केंद्र दे सकती है साडी सरकार इनीशिएटिव लै रही है असी दिलों हमेशा यही इच्छा रही है कि एमएसपी है जिहड़ी किसानां नूं मिलूगी तां धरती दा वाटर लैवल आ जिहड़ा थले जाण तों बचूगा ते आउण वालियां पीढ़ियां लई इह बाबे नानक दी धरती है जिहड़ी बची रहणी है सो सेंटर नूं मेरी फिर इस चीज़ दा मैं उहनां नूं बेनती करदी हां कि मुद्दा एमएसपी दा नहीं आ मुद्दा पानी लैवल थले जा रहा है धरती बंजर हो जाणी मैडम मेरा लास्ट सवाल है अकाली दल जिहड़े सारे नूं इकट्ठे हो रहे बीबी जी कौर वापस आ गई तां होर उस्से सी ढींडसा साहब भी वापस आ गए कि तुहानूं लगदा हुण आधार हैगा इक अज जिहड़े ने जिहड़ा लखवीर सिंह जी भी अकाली दल शामिल कर रहे कहिंदे बड़ी उहनां रेड मारी तुहाडी सरकार दे दौरान पहलां आम आदमी पार्टी ज्वाइन करनी सी पर अज हुण अकाली दल चले गए की समझो हुण अगे कोई आधार हैगा अकाली दल दा कि नहीं आधार कम्मां नाल बणदा है आधार इतिहास नाल बणदा है इतिहास देखो की है ते लोक हुण इह नहीं देखदे वी कौण कीड़ी पार्टी दे विच मैटर इह करदा वी कौण किन्ना काम कर रिहा साडी पार्टी ने दो सालां दे विच चाहे उह दे विच सारे पंजाब दी बिजली मुफ्त कीती है चाहे सिक्ख्या दे खेत्र च डॉक्टर बलवीर जी खड़े इन्हां ने शानदार काम है जिहड़ा उह सिहत दे खेत्र च कीता पिंड पिंड बहुत सारे पिंडां दे विच जिहड़े महल्ला क्लीनिक बणाए ने होर बहुत सारे पिंडां च बणा रहे हां हर खेत्र च घर घर राशन दी गल है तहसीलों के जिहड़ा रवैया बदले है करप्शन नूं पहलां नालों नत्थ पई है बहुत सारे काम हो गए ने बहुत सारे काम हो जाणगे दो सालां दी सरकार हो सकदा देखो हर एक गरंटी है जिहड़ी उह पूरी होणी है
कोई गरंटी हौली हौली करके जो बजट मेनटेन होंगे पहला बिजली की गरंटी पूरी हुई है 100% जी महिलाओं वाली गरंटी है वो भी जी पूरी होनी ही होनी है। सो किला मुबारक के शीश महल है वो भी इतिहासिक है सो वो भी काफी देर तो बंद पाया सैलानी आते हैं बाहर मुड़ जाते हैं सो लगता है कि वो भी जो है काम जो काफी स्लो चल रहा है थोड़ा जो और इनिशिएटिव लेके कर सकते हैं। बिल्कुल जोड़ा भी काम कितने स्लो लगता है वह पटियाला साड़ी शान है पंजाब की पटियाला एक शाही शहर है इतों के लोग इतों की विरासत कमाल है तो हर चीज़ इतों की जी अं सुधारा हर जो भी किला रेनोवेट करा थैंक यू।